ਸੋ ਦੇਸ਼ ਦੀ ਰਾਜਧਾਨੀ ਵਿੱਚ ਨਵੀਂ ਬਣੀ ਸੰਸਦ ਦੇ ਵਿੱਚ ਪਾਣੀ ਵੜ ਚੁੱਕਾ ਗਿਆ ਆ ਥੋੜੇ ਥੋੜੇ ਬੂੰਦਾਂ ਪਾਣੀ ਦੀਆਂ ਸੰਸਦ ਦੇ ਵਿੱਚ ਡੀਗਦੀਆਂ ਹੀ ਦਿਖਾਈ ਦਿੰਦੀਆਂ ਪਈਆਂ ਅੰਦਰ ਹੀ ਸਸਦਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਕੀਤਾ ਦੱਸਤੀ ਹੈ ਕਿ ਤਕਰੀਬਨ 20 ਹਜ਼ਾਰ ਕਰੋੜ ਦੇ ਆਸ-ਪਾਸ ਦੀ ਲਾਗਤ ਦੇ ਨਾਲ ਨਵੀਂ ਇਹ ਇਮਾਰਤ ਬਣੀ ਸੀ ਸੰਸਦ ਦੀ ਜਿਦੇ ਵਿੱਚ ਸਾਰੇ ਹੀ ਮੈਂਬਰ ਆਫ ਪਾਰਲੀਮੈਂਟ ਔਰ ਦੇਸ਼ ਦੇ ਵੱਡੇ-ਵਡੇਰੇ ਗੇ ਲੀਡਰ ਉਹ ਬੈਠੇ ਰਹੇਗੇ ਸੀ ਉੱਥੇ ਗੱਲਬਾਤ ਕਰਦੇ ਸੀ ਕਿ ਸੰਸਦ ਦੇ ਵਿੱਚ ਅਹਿਮ ਮੁੱਦਿਆਂ ਤੇ ਇੱਕ ਦੂਜੇ ਦੇ ਨਾਲ ਜਿਹੜੀ ਗੀ ਵਿਚਾਰ ਵਿਚਾਂਡਰਾ ਕਰਦੇ ਸੀ ਲੇਕਿਨ ਹੁਣ ਜਦੋਂ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋਗਾ ਕਿ ਬਾਰਿਸ਼ ਦੇ ਮੌਸਮ ਦੇ ਵਿੱਚ ਪਾਣੀ ਜਿਹੜਾ ਆਇਆ ਉਹ ਨਵੀਂ ਬਣੀ ਸੰਸਦ ਦੇ ਵਿੱਚ ਦਿਗਦਾ ਦਿਖਾਈ ਦਿੰਦਾ ਪੈਗਾ ਤੁਹਾਨੂੰ ਬਾਲਟੀ ਵੀ ਤੁਹਾਨੂੰ ਦੇ ਪੇ ਜਿੱਤੋਂ ਬਾਅਦ ਉੱਥੋਂ ਦੇ ਕੁਝ ਸੰਸਦਾਂ ਵੱਲੋਂ ਵੀਡੀਓ ਬਣਾ ਕੇ ਦੀ ਸੋਸ਼ਲ ਮੀਡੀਆ ਉੱਤੇ ਅਪਡੇਟ ਵੀ ਕਰ ਦਿੱਤੀ ਗਈ ਕਿ ਕਿ ਨਾਲੇ ਵੀ ਕਿਹਾ ਗਿਆ ਕਿ ਇੰਨੇ ਜਿਆਦੇ ਪੈਸੇ ਲਾਉਣ ਤੋਂ ਬਾਵਜੂਦ ਵੀ ਅੰਦਰ ਪਾਣੀ ਵੜ ਗਿਆ ਕਿਤੇ ਨਾ ਕਿਤੇ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਵਾਲੀ ਗੱਲ ਹੈਗੀ ਆ ਉੱਥੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸਤੀ ਇੱਕ ਪੰਜਾਬ ਦੇ ਵਿੱਚ ਵੀ ਲਗਾਤਾਰ ਹੋਣਾ ਅੱਜ ਜਿਹੜਾਗਾ ਸਵੇਰ ਤੋਂ ਤੜਕੇ ਤੋਂ ਬਾਰਿਸ਼ ਪੈਂਦੀ ਪੀ ਗਈ ਆ ਬਹੁਤ ਸਾਰੇ ਰੋਡਾਂ ਦੇ ਉੱਤੇ ਬਹੁਤ ਸਾਰੇ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਚੁੱਕਾ ਜਿੰਨਾ ਲੋਕਾਂ ਦਾ ਜਾਨ ਜੀਵਨ ਜਿਹੜਾ ਆ ਉਹ ਅਸਤਵ੍ਰਸ ਹੋ ਚੁੱਕਾ ਆ ਗਿਆ